ਸਾਡਾ ਨਾਂ ਫਿਰ ਕੁਛ ਹੋਰ ਰੱਖਦੇ ਹੋ। ਤੇਰਾ ਨਾਂ, ਤੇਰਾ ਨਾਂ ਰੱਖਦੇ ਗਰੀਸ ਪਾਂਡੇ। ਦਾਦਾ ਜੀ, ਉਹ ਤੇਰਾ ਮੈਂ ਆਸਾਨ ਮੰਨਦਾ। ਦਾਦਾ 20 ਵਾਰੇ ਹੋ ਗਏ ਤੇਰੀ ਦਾਦੀ ਨੂੰ ਮਰਿਆ, ਇਹ ਤੇਰੀ ਹਿੰਮਤ ਹੀ ਜਿਹੜਾ ਸਾਥ ਦੇਣ ਦੇ ਆ। ਯਾ ਤਾਂ ਤੇਰੀਆਂ ਵੀ ਪਿੱਛੇ ਪਿੱਛੇ ਲਾ, ਮੇਰਾ ਯਾਰ ਉਹ ਤਾਂ ਤੇਰੀ ਅੰਮੀ ਵੀ ਕਹਿੰਦੀ ਆ। ਕਿਸੇ ਨੇ ਫਸਾਇਆ ਸਹੀ, ਲੇਕਿਨ ਮੈਨੂੰ ਤੁਸੀਂ ਪੈਸੇ ਦਿਓ ਭਾਜੀ, ਮੈਂ ਜਾਣਾ। ਦਾਦਾ ਹਾਂ ਕੀ, ਉਹ ਕੋਈ ਪੈਸੇ ਨਹੀਂ ਨਿਕਲ ਜਾਂਦੇ, ਮੈਨੂੰ ਕਿਉਂ ਨਹੀਂ ਪੈਸੇ ਦੇ ਰਹੇ, ਮੈਨੂੰ ਬਰਾਤ ਤੇ ਵੀ ਨਾਲ ਕਿਉਂ ਨਹੀਂ ਲੈ ਕੇ ਗਏ? ਉਹ ਕਿੱਥੇ ਉਹਨਾਂ ਦਾ ਆਪਣਾ ਵਾਜੇ ਵਾਲਾ, ਸਾਡੇ ਪਿੰਡ ਦੀ ਬਰਾਤ ਆ, ਮੈਨੂੰ ਤੁਸੀਂ ਹਾਂ ਕਰਕੇ ਤੇ ਨਾ, ਕੋਈ ਪੈਸੇ ਨਹੀਂ। ਮੈਂ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਾਂਗਾ ਇੱਥੇ, ਕੱਢ ਕੇ ਮਹਾਂ ਪਿਓ ਦੇ। ਸਮਝ ਆਈ ਆ?
ਇੰਨਾ ਹਿਲਦਾ ਕਿਉਂ ਹੈ ਤੂੰ? ਤੇ ਪੁੱਤਰ ਏਦਾਂ ਤਰਸ ਖਾਣ ਦੇ ਆ, ਅੱਗੇ ਕੋਈ ਚੀਜ਼ ਰੱਖ ਦੇ। ਕੀ ਕਰੇ ਦਾਦਾ ਜੀ ਭਰਾ ਜੀ, ਉਹ ਦਾਦੇ ਨੂੰ ਆਰੇ ਤੇ ਲੈ ਜਾ। ਇਹ ਦਾਦਾ ਜੀ ਭਲਾ ਕਿਉਂ ਇੰਨਾ ਹਿਲਦੇ ਨੇ? ਇਹਨਾਂ ਦੇ ਇਨਬੋਕਸ 'ਚ ਵਾਇਰਸ ਆ ਗਿਆ। ਓਏ ਚੱਲ ਤੈਨੂੰ ਪਨੀਰ ਦੀ ਫੈਕਟਰੀ ਖੂਬਸੂਰਤ ਲੱਗਦੀ। ਇਹ ਸੁਣੀਏ, ਹੀਰਾ ਮੰਡੀ ਹੁੰਦੇ ਜਿਹੜੀ ਔਰਤ ਨਹੀਂ ਨੱਚਦੀ, ਇਹ ਬਾਬਾ ਜੀ ਉਹਦੇ ਘੁੰਗਰੂ ਪਾ ਜਾਂਦੇ ਨੇ। ਹਾਂਜੀ ਹਾਂਜੀ ਕਈ ਦਫਾ। ਅੱਛਾ ਮੈਨੂੰ ਇਹ ਦੱਸੋ ਕਿ ਇਹ ਸੱਚਮੁੱਚ ਚੱਲਦੀ ਹੈ? ਇਹ ਬਾਬਾ ਜੀ ਬਹੁਤ ਚੱਲਦੀ ਹੈ। ਹਾਂਜੀ ਬਾਬਾ ਜੀ। ਅੱਛਾ ਕੀ ਨਾਮ ਹੈ ਇਹਦਾ? ਇਹਦਾ ਨਾਮ ਦਾਤੀ। ਇਹਦਾ ਕੀ ਨਾਮ? ਮਾਫ ਕਰ ਦੇਣਾ, ਇਧਰੋਂ ਗਰਭਵਤੀ ਚੱਲੀ ਜੇ। ਕਿਧਰੋਂ? ਨਹੀਂ ਪੁੱਤਰ ਤੂੰ ਨਾ ਫਿਕਰ ਕਰਿਆ ਕਰ, ਤੈਨੂੰ ਤੇ ਆਪ ਪਤਾ ਤਜਰਬੇ ਕਰ। ਅੱਜ ਨਾਲ ਤੁਸੀਂ ਕਿਸੇ ਨੇ ਗੱਲ ਨਹੀਂ ਕਰਨੀ, ਕਿਉਂ ਹੈ ਵਿਚਾਰਾ ਸਦਾਦਾ। ਚਲੋ ਇਹ ਜਦੋਂ ਡਾਕਟਰ ਨੇ ਤੈਨੂੰ ਸ਼ਹਿਦ ਮਨਾ ਕੀਤਾ ਕਿਉਂ ਚੱਟਣਾ? ਉਹ ਕਿਹੜਾ ਸ਼ਹਿਦ ਆ? ਸ਼ਹਿਦ ਬੇਟਾ, ਸ਼ਹਿਦ ਜਾਂ ਛੋਟੀ ਮੱਖੀ ਦਾ ਹੁੰਦਾ ਜਾਂ ਵੱਡੀ ਮੱਖੀ ਦਾ, ਇਹ ਗੰਦੀ ਮੱਖੀ ਦਾ। ਤੁਹਾਨੂੰ ਕਿਸੇ ਨੂੰ ਵੀ ਤਮੀਜ਼ ਨਹੀਂ ਹੈਗੀ ਲੜਕੀ ਦੇ ਨਾਲ ਗੱਲ ਕਰਨ ਦੀ? ਕਿੱਡੀ ਖੂਬਸੂਰਤ ਲੜਕੀ ਆ ਜੀ, ਵਾਹ ਵਾਹ। ਇਹ ਕੀ ਹੈ ਦਾਦਾ ਜੀ? ਅੱਜ ਤੇ ਮੇਰੀ ਫਿਲਮ ਬਣਾਓ। ਕਿਹੜੀ? ਟਾਈਟੈਨਿਕ। ਓਏ ਟਾਈਟੈਨਿਕ? ਹਾਂਜੀ। ਉਹ ਸਮੁੰਦਰ ਵਾਲਾ ਜਹਾਜ਼? ਹਾਂਜੀ। ਓਏ ਤੂਫਾਨ ਆਉਣ ਵਾਲਾ ਹੀ ਹੈ, ਡੁੱਬਣਾ ਜਾਈ, ਕੁੰਡੇ ਨੂੰ ਹੱਥ ਪਾ ਜਰੋ। ਕਿਹੜੇ ਕੁੰਡੇ ਨੂੰ? ਕੁੰਡਾ ਜਿਹੜਾ ਮੁੰਡੇ ਕੋਲ ਹੁੰਦਾ। ਬੈਠੋ ਬੈਠੋ।
ਯਾਰ ਚੌਰੀ ਸਾਹਿਬ ਦੇ ਚੌਰੀ ਸਾਹਿਬ ਬੈਠੋ ਆਵੇ ਨਾ ਮੇਰੀ ਵੀ ਮੰਨ ਲਈ ਹੋਰ ਵੀ ਕਾਕਾ ਸੁਣਾ ਕੀ ਹਾਲ ਤੇਰਾ ਘਰ ਸਭ ਠੀਕ ਠਾਕ ਨੇ ਬਿਲਕੁਲ ਠੀਕ ਸਾਲਿਆ ਸਰ ਮੇਰੀ ਗੱਲ ਤੇ ਸੁਣ ਲਓ ਤੇਰੀ ਘਰਦਿਆਂ ਨੇ ਨਹੀਂ ਸੁਣੀ ਮੈਂ ਸੁਣਾ ਇੱਧਰ ਮੂੰਹ ਕਰ ਉੱਧਰ ਲਾ ਮੱਛਰ ਮਾਰੇ ਚੁਰ ਸਾਹਿਬ ਬਈ ਠੀਕ ਠਾਕ ਨੇ ਇਹ ਕੌਣ ਹੈ ਬਾਜੀ ਤੋਰਨ ਲੱਗਾ ਹਾਂ ਮੈਨੂੰ ਕੀ ਪਤਾ ਹੁਣ ਤੁਸੀਂ ਕੀ ਕਰਨਾ ਹੁੰਦਾ ਚੱਲ ਜਾ ਇਹ ਚੌਰੀ ਸਾਹਿਬ ਨੇ ਚੌਰੀ ਸਾਹਿਬ ਲੱਗੀ ਏ ਜੀ ਕਿ ਇਹ ਸਾਡੇ ਪਿੰਡ ਦਾ ਮਸੱਲੀ ਏ ਤੇ ਮੈਂ ਇਹਨੂੰ ਕਦੋਂ ਐਮਐਨਏ ਸਮਝਣ ਨੇ ਆ ਉਹਦੀ ਸ਼ਕਲ ਹੀ ਮਸੱਲੀਆਂ ਰਹੀ ਆ ਯਾਰ ਤੇਰੀ ਸਹੀ ਚੌਰੀ ਨਾਲ ਪਛਾਣ ਹੈ ਹਾਂਜੀ ਮੈਂ ਜਾਣਨਾ ਚਾਹੁੰਦਾ ਕਿਵੇਂ ਚੌਰ ਸਾਹਿਬ ਮਰਬਿਆਂ ਦੇ ਮਾਲਕ ਨੇ ਜੀ ਅੱਛਾ ਜੀ ਮਰਬਿਆਂ ਦਾ ਮਾਲਕ ਆ 12 ਪਿੰਡਾਂ ਦੀ ਪੱਗ ਉਹ ਸਾਡੇ ਸਿਰ ਤੇ ਵੇ ਕੀ ਜੀ 12 ਪਿੰਡਾਂ ਦੀ ਪੱਗ ਤੇ ਦੇ ਗਿਆ ਜਿਨ੍ਹਾਂ ਦੀ ਹੈਗੀ ਉਹ ਸਾਲਿਆ ਤੂੰ ਇੱਕ ਗਲੀ ਤੇਰੇ ਕੋਲ 12 ਦੀ ਰੱਖ ਲਈ ਚੌਰੀ ਸਾਹਿਬ ਨੇ ਫਿਰ ਵੀ ਜੀ ਜੀ ਹਾਂ ਅੱਛਾ ਮਾਸ਼ਾਅੱਲਾ ਗੰਜੇ ਦੀ ਸੀ ਅੱਛਾ ਭੈਣਾਂ ਸਾਰੀਆਂ ਵਿਆਹਤੀਆਂ ਸਿਰ ਤੇ ਜ਼ਿੰਮੇਵਾਰੀ ਰਹੀ ਨਹੀਂ ਕੋਈ ਚੌਰੀ ਸਾਹਿਬ ਨੇ ਤਾਂ ਥੋੜਾ ਜਿਹਾ ਪਿੱਛੇ ਹੋ ਜਾ ਤੇਰੀ ਮਿਹਰਬਾਨੀ ਇਹ ਟੋਪੀ ਤੂੰ ਭਾਈ ਜੀ ਰਾਤੀ ਨਹੀਂ ਸੀ ਮੰਨ ਰਿਹਾ ਤੂੰ ਕੀ ਮਸਲਾ ਤੇਰਾ ਕੀ ਮਸਲਾ ਓਏ ਮੈਂ ਭੈਣ ਦਿੱਤੀ ਮੂੰਹ ਉੱਧਰ ਰੱਖ ਬਰਗਰ ਲੈਣ ਗਿਆ ਤੇ ਨਾ ਹੀ ਭੁੱਲ ਗਿਆ ਕੀ ਲੈਣਾ ਜਾਂ ਕੀ ਕਹਿੰਦੇ ਜੀ ਓ ਮਾਫੀ ਦੇ ਦਿਓ ਬੰਦਾ ਬਣ ਤੈਨੂੰ ਪਤਾ ਕੌਣ ਹੈ ਇਨਸਾਨ ਬਣ ਪੀਸੀ ਹੋਟਲ ਗਿਆ ਉਹਨੇ ਕਿਹਾ ਸਰ ਕਮਰਾ ਚਾਹੀਦਾ ਕਹਿੰਦਾ ਨਹੀਂ ਤੁਹਾਡੀ ਛੱਤ ਤੇ ਮੇਰਾ ਕਬੂਤਰ ਆਇਆ ਉਹ ਕਮਰੇ ਚ ਲਿਜਾ ਕੇ ਉਹਨਾਂ ਨੇ ਕਬੂਤਰ ਫੜਾਇਆ ਤੇ ਰੌਲਾ ਹੀ ਪਾਤਾ ਮੇਰਾ ਚਿੱਟਾ ਮੈਨੂੰ ਕਾਲਾ ਹੀ ਫੜਾਈ ਜਾਂਦੇ ਔਰ ਵੇਖੋ ਕੋ ਚੁੱਪ ਆ ਉਹ ਤੇਰੀ ਗੱਲ ਹੋ ਰਹੀ ਆ ਬੇਮੌਸਮੀ ਔਰਤ ਦੇ ਬੱਚਿਆ ਉਹ ਤੇਰੀ ਗੱਲ ਹੋ ਰਹੀ ਆ ਕਿਸੇ ਅਣਥਕ ਮਾਂ ਦੇ ਬੱਚਿਆ ਅੱਛਾ ਇਹੋ ਜਿਹਾ ਬੰਦਾ ਨਾ ਈਦ ਵਾਲੇ ਦਿਨ ਮਰ ਕੇ ਸਾਰੇ ਟੱਬਰ ਦੀ ਈਦ ਖਰਾਬ ਕਰ ਦਿੰਦਾ ਸ਼ਰਮਿੰਦਾ ਨੀ ਹੋ ਰਿਹਾ ਗੰਦ ਕੱਢਣ ਡਿਆ ਮਹਾਰਾਜ ਜੋ ਵੀ ਹੈ ਸਾਡੇ ਪ੍ਰਾਹੁਣੇ ਨੇ ਮੈਂ ਕਿਹਾ ਤੇ ਰੱਬਾ ਕੀ ਕਰਦਾ ਕਹਿੰਦਾ ਪਤਾ ਨੀ ਮੈਂ ਛੇਤੀ ਸੌਂ ਜਾਂਦਾ ਬੱਬਰ ਸ਼ੇਰ ਨੇ ਇਹਨੇ ਆਪਣਾ ਦੁਸ਼ਮਣ ਫੜ ਕੇ ਤੇ ਆਪਣੀ ਅੰਮੀ ਦੇ ਕਮਰੇ ਕਿਉਂ ਕਹਿੰਦਾ ਅਸੀਂ ਦੁਸ਼ਮਣ ਕਮਜ਼ੋਰ ਕਰਕੇ ਮਾਰਾਂਗੇ ਆ ਪਾਕਿਸਤਾਨ ਦੇ ਇੰਡੀਆ ਦੇ ਬਾਰਡਰ ਉਹਦੀਆਂ ਤਾਰਾਂ ਲਾ ਕੇ ਵੇਚਣ ਲੱਗਾ ਮੈਂ ਕਿਹਾ ਖੈਰ ਆ ਕਹਿੰਦਾ ਮੈਂ ਸਮਝਿਆ ਸੁਲਾਹ ਹੋ ਗਈ ਮੈਨੂੰ ਪੁੱਛਿਆ ਤੇਰੇ ਪਿਓ ਦਾ ਕੀ ਨਾਂ ਕਹਿੰਦਾ ਆਪਸ਼ਨ ਦੇ ਆ ਬੱਚੋ ਆਲੂ ਛੋਲੇ ਲਾ ਕੇ ਦਰਖਤ ਚੜ ਗਿਆ ਮੈਂ ਕਿਹਾ ਥੱਲੇ ਲਾ ਕਹਿੰਦਾ ਥੱਲੇ ਬੱਚੇ ਹੱਥ ਮਾਰਦੇ ਨੇ ਸੁਹਾਗ ਰਾਤ ਨੂੰ ਇਹਨਾਂ ਦੀ ਬੀਬੀ ਕਰੀ ਕੋਈ ਐਸਾ ਕੰਮ ਕਰ ਮੈਨੂੰ ਆਪਣੀ ਪੈ ਜਾਵੇ ਫੇਰ ਇਹਨੇ ਉਹਦੀ ਸਲਾਮੀਆਂ ਦੇ ਪੈਸੇ ਚੋਰੀ ਕਰ ਲਏ ਅੱਛਾ ਤੁਸੀਂ ਤਾਂ ਮਾਸ਼ਾਅੱਲਾ ਫੇਰ ਮੂੰਹ ਮੱਥੇ ਲੱਗਣੇ ਹਾਂ ਇਹਦੀ ਆਪ ਪੀਪਲ ਗੈਦਰਿੰਗ ਡਿਫਾਲਟਰ ਆ ਪੂਰੀ ਫੈਮਿਲੀ ਦਾ ਬੇੜਾ ਕਰ ਕਿਵੇਂ ਇਹਦੀ ਭੈਣ ਦਾ ਇੱਕ ਦਾ ਨੱਕ ਵੱਡਿਆ ਅੱਛਾ ਇੱਕ ਦਾ ਕੰਨ ਵੱਡਿਆ ਇੱਕ ਦਾ ਬੁੱਲ ਵੱਡਿਆ ਇੱਕ ਮੈਨੂੰ ਅੱਛੀ ਲੱਗੀ ਮੈਂ ਕਿਹਾ ਕੌਸਲ ਫਿਲਮ ਵੇਖਣ ਚੱਲੀ ਕਹਿੰਦੀ ਉੱਠੋ ਕਹਿੰਦੇ ਸਨਮੇ ਜਾਣਾ ਆਓ ਮੈਂ ਕਿਹਾ ਆ ਜਾ ਸਨਮਾ ਬੰਦ ਹੋ ਗਿਆ ਆ ਕਹਿੰਦਾ ਮੇਰੀ ਭੈਣ ਦਾ ਵਿਆਹ ਕਰ ਲਿਆ ਐਡੀ ਸੋਹਣੀ ਆ ਪਾਣੀ ਪੀਂਦੀ ਪਾਣੀ ਇੱਥੋਂ ਨਜ਼ਰ ਆਉਂਦਾ ਅੱਛਾ ਗੌਰ ਨਾਲ ਵੇਖਿਆ ਉਹਦਾ ਬੁੱਲ ਵੱਡਿਆ ਆ ਕਹਿੰਦਾ ਮੇਰੀ ਭੈਣ ਨਾਲ ਵਿਆਹ ਕਰ ਲਿਆ ਐਡੀ ਨੇਕ ਆ ਤੇਰੇ ਅੱਗੇ ਧੌਣ ਨਹੀਂ ਚੁੱਕੇ ਕਿ ਮੈਂ ਗੌਰ ਨਾਲ ਵੇਖਿਆ ਉਹਦਾ ਮਣਕਾ ਟੁੱਟਾ ਚੋਰੀ ਕਹਿੰਦਾ ਮੇਰੀ ਭੈਣ ਨਾਲ ਵਿਆਹ ਕਰ ਲਗਦਾ ਨਹੀਂ ਸਭਾ ਸਾਨੀ ਦਾ ਇਹ ਕੌਣ ਸੰਗਲ ਸੰਗਲ ਲੈ ਕੇ ਬੱਸ 'ਚ ਵੜ ਗਏ ਕਹਿੰਦਾ ਮੇਰੀ ਮਦਦ ਕਰੋ ਮੈਂ ਮੱਚ ਲੈਣੀ ਅਮੀਰ ਤਰੀਨ ਆਦਮੀ ਅਸੀਂ ਅਮੀਰ ਤਰੀਨ ਚੌਰ ਸਾਹਿਬ ਬੜੇ ਅਮੀਰ ਆਦਮੀ ਦੱਸ ਰਹੇ ਤੈਨੂੰ ਮੈਂ ਬੜਾ ਜਾਣਦਾ ਬਚਪਨ ਕਿਸੇ ਕਿਸੇ ਚੌਰ ਸਾਹਿਬ ਦੇ ਮਾਸ਼ਾਅੱਲਾ ਤਾਰਫ ਕਰਾ ਦੇ ਆ ਕਰਾ ਦੇ ਬ੍ਰੋ 20 ਕਰੋੜ ਰੁਪਇਆ ਬੈਂਕ 'ਚ 20 ਕਰੋੜ ਰੁਪਇਆ 4 ਪਲਾਜ਼ੇ 4 ਪਲਾਜ਼ੇ 3 ਕੋਠੀਆਂ 3 ਕੋਠੀਆਂ 9 ਪਲਾਟ 9 ਪਲਾਟ 3 ਗੱਡੀਆਂ ਇਹ 3 ਗੱਡੀਆਂ ਕਿਹੜੀਆਂ ਕੌਸਰ ਨਸਰੀਨ ਤੇ ਕਲਟਸ
Oh,
ਨੱਚ ਕੀ ਨਹੀਂ ਮਾਰਦੀ। ਵੇ ਤੇਰੇ ਅੱਬਾ ਜੀ ਘੁਮਿਆਰ ਆ, ਉਹ ਨਹੀਂ ਮੂੰਹ ਤੇਰਾ ਕਿਉਂ ਖੋਤਾ ਨਸਾਉਣ ਵਾਲੇ ਛਣਕਦੇ ਆ। ਰੁਕਾਵਟ ਤੇ ਬਾਅਦ ਆਵਾਜ਼ ਨਿਕਲ ਰਹੀ।
ਫੇਰ ਜਾ ਮੈਂ ਕੀ ਦੱਸਾਂ ਹਾਂ ਤੇ ਕੀ ਦੱਸਾਂ ਅੱਗਾਂ ਲੱਗੀਆਂ ਨੇ ਤੇ ਅਸੀਂ ਕੀ ਕਰੀਏ ਅਸੀਂ ਖੁਸ਼ ਰਹੇ ਆ ਤੈਨੂੰ ਅੱਗਾਂ ਲੱਗੀਆਂ ਸਾਨੂੰ ਜੋ ਲੱਗਣਾ ਚਾਹੀਦਾ ਸੀ ਉਹ ਨਹੀਂ ਲੱਗਾ ਪੱਪੀ ਕੀ ਅੱਗਾਂ ਲੱਗੀਆਂ ਨੇ ਇਹ ਪੱਪੀ ਜਦੋਂ ਤੁਸੀਂ ਘੁੰਮ ਕੇ ਇੱਥੇ ਕਹੋ ਨਾ ਇੱਕ ਮਿੰਟ ਸਟੇ ਕਰਨਾ ਉਹ ਕਿਉਂ ਮੈਂ ਉੱਤਰ ਕੇ ਸਿਗਰਟ ਸੁਗਰਟ ਲੈਣੇ ਨੇ ਦੁਬਾਰਾ ਕਰਨਾ ਕੀ ਕੀਤਾ ਜੇ ਅੱਗਾਂ ਲੱਗੀਆਂ ਨੇ ਜੋ ਸਾਡਾ ਹੁੰਦਾ ਸੱਗ ਦਾ ਹੱਲ ਕੋਈ ਨਹੀਂ ਸਮਝ ਤੇ ਗਈ ਹੋਣੀ ਤੈਨੂੰ ਕੀ ਦੱਸੀ ਜਦੋਂ ਸਾਨੂੰ ਲੱਗੀ ਹੁੰਦੀ ਅਸੀਂ ਰਗੜਾ ਰੁਗੜਾ ਲਵਾ ਕੇ ਸੌ ਜੀ ਡਰਾਮਾ ਇਸਕੇ ਮਮਨੂ ਵੇਖਿਆ ਆਹੋ ਤੇ ਅੰਨੀ ਦੀਏ ਪੀਤਰ ਨੂੰ ਨਹੀਂ ਪਛਾਣਦੀ ਬਸ ਵਿੱਚ ਦੋ ਕੁ ਹਫ਼ਤੇ ਮੈਂ ਤੀਤਰ ਬੀਤਰ ਵੀ ਰਹੀ ਪਹਿਲਾ ਬੰਦਾ ਜਿਹਨੇ ਕਿਹਾ ਖੁਸ਼ ਰਹੇ ਸਿੱਧੇ ਹੋ ਜਾਓ
ਪਤਾ ਲੱਗ ਜਾਏਗਾ ਕੀ ਹੋਣਾ ਗੱਲ ਇਹ ਨਾ ਕਾਕਾ ਘਰ ਕਿਸੇ ਲੱਗਾ ਤੈਨੂੰ
ਠਹਿਰੋ ਮੇਰੀ ਭੈਣ ਨੇ ਹੱਥ ਲਾਇਆ ਵਾਈਟ ਬਾਲ ਨੀ ਜੱਗੇ ਜਾਂ ਅੰਦਰ ਜਾ ਕੇ ਬੈਡ ਤੇ ਕੱਪੜਾ ਹੈਗਾ ਕਿ ਨਹੀਂ ਹੈਗਾ ਚੱਲ ਅੱਛਾ ਵੀ ਮੇਰੀ ਗੱਲ ਸੁਣੋ ਬਾਈ ਅੱਬਾ ਜੀ ਤੁਹਾਨੂੰ ਮੁਬਾਰਕ ਹੋਵੇ ਮਾਸ਼ਾਅੱਲਾ ਮੇਰੇ ਤਾਂ ਦੇਖੋ ਜੀ ਮੈਂ ਇੰਜ ਕਹਿ ਕੇ ਆਇਆ ਫਰੀ ਹਿੱਟ ਕਾਹਦੀ ਫਰੀ ਹਿੱਟ ਨੋ ਬਾਲ ਹੋ ਗਿਆ ਕੀ ਕਾਹਦੀ ਨੋ ਬਾਲ ਹੋ ਗਿਆ ਉਹ ਤਾਂ ਪਹਿਲੇ ਵੀ ਹੋਈ ਸੀ ਹੁਣ ਕੀ ਹੋਇਆ ਤੂੰ ਹੱਥ ਕਿਉਂ ਲਾ ਦੇ ਆਪਾਂ ਹੈ ਤੂੰ ਹੱਥ ਲਾਇਆ ਉਹਨੂੰ ਹੱਥ ਕਿਉਂ ਲਾਇਆ ਚੈੱਕ ਕਰ ਮੈਂ ਆਪ ਚੈੱਕ ਕਰ ਇੰਨੀ ਨਹੀਂ ਕੀਤਾ ਤੂੰ ਇੰਨੀ ਤੇ ਮੈਂ ਕੀਤਾ ਇੱਕ ਮਿੰਟ ਪਾਗਲ ਉਧਰ ਤਾਂ ਕੁਛ ਵੀ ਕੀ ਵੇਖਣ ਬਾਈ ਇਸ ਤਰ੍ਹਾਂ ਆਪਾਂ ਜੀ ਆਪ ਤੁਸੀਂ ਤੇ ਬੈਠੋ ਤੁਸੀਂ ਖਲੋਤੇ ਹੋਏ ਆ ਜਾਓ ਆ ਜਾਓ ਆ ਜਾਓ ਕੀ ਹੈ ਸੁਹਾਰੇ ਮੈਂ ਖਾਧੇ ਨੇ ਤੇ ਅਖੀਰ ਤੈਨੂੰ ਚੜੀ ਪਈ ਹੈ ਮੇਰੀ ਪਿਆਰੀ ਬੜੀ ਲੱਗ ਰਹੀ ਬੇਗਮ ਹੱਥ ਲਾਓ ਇਹਨੂੰ ਹੱਥ ਲਾ ਸਾ ਦਾਦਾ ਹੱਥ ਲਾ ਬੜਾ ਤੂੰ ਵੀ ਹੱਥ ਲਾ ਨਾਲ ਚੱਕਣ ਬੈਠੇ ਉਹਨਾਂ ਨੂੰ ਕਿਹਾ ਸਦਕੇ ਦਾ ਹੈਗਾ ਚੱਲ ਬਈ ਚੱਲ ਬਈ ਚੱਲ ਬਈ ਮੇਰੇ ਅੰਮੀ ਮੇਰੇ ਅੰਮੀ ਅੱਬੂ ਬੈਠੇ ਆ ਬੈਠੋ ਆਰਾਮ ਕਰਾ ਸਕਣਾ ਦਾ ਦੇਣੇ ਆ ਦਾਦਾ ਜੀ ਕੋਈ ਮੂੰਹ ਵਹਾਈ ਵੀ ਦਿਓ ਸਲਾਮੀ ਦਿਓ ਸਲਾਮੀ ਉਹਨੇ ਪਸਤੌਲ ਫੜੀ ਉਹਦੇ ਭਾਣੇ ਪੁੱਲ ਦਾਦਾ ਜੀ ਕਬਰ ਚ ਤੁਹਾਡੀਆਂ ਲੱਤਾਂ ਨੇ ਹਾਂਜੀ ਕਬਰ ਚ ਕਦੋਂ ਧੋਤੀ ਚ ਨੇ ਬਈ ਆ ਹਾ ਇਹ ਪੁੱਛੀਆ ਕੌਣ ਨੇ ਜੀ ਜੀ ਦੀ ਵੋਟੀ ਵੇਖਣ ਆਏ ਆ ਅਸੀਂ ਵੋਟੀ ਵੀ ਵੇਖਣੀ ਤੇ ਰੋਟੀ ਵੀ ਖਾਣੀ ਹੈ ਹਾਏ ਵੋਟੀ ਵੀ ਵੇਖਣੀ ਤੇ ਰੋਟੀ ਵੀ ਖਾਣੀ ਹੈ ਹਾਂਜੀ ਨਾ ਲਾੜਾ ਨਹੀਂ ਵੇਖਣਾ ਓਏ ਕਿਤਾ ਦੀ ਓਏ ਹੋ ਕੇ ਹੋ ਚਾਦੀ ਬਾਕੀ ਤੇਰੀ ਮੱਤ ਵਜੀ ਹੈ ਪਿੰਡ ਦੀਆਂ ਕੁੜੀਆਂ ਨੇ ਦਾਦੂ ਜੀ ਜੀ ਦਾਦੂ ਜੀ ਮੂੰਹ ਵਿਖਾਈ ਕੀ ਦਿਓਗੇ ਹਾਂਜੀ ਮੂੰਹ ਵਿਖਾਈ ਕੀ ਦਿਓਗੇ ਤੁਹਾਨੂੰ ਕੀ ਲੈਣਾ ਜੇ ਮੂੰਹ ਵਿਖਾਈ 1 ਕਰੋੜ ਰੁਪਇਆ ਤੁਸੀਂ ਮੂੰਹ ਰਹਿਣ ਦਿਓ ਆਹੋ ਭਾਈ ਜੀ ਮੈਂ ਮੂੰਹ ਅਸੀਂ ਤੇ ਸੁਣਿਆ ਕਿ ਕਿਸੇ ਧੀ ਭੈਣ ਦੀ ਸ਼ਾਦੀ ਹੋਵੇ ਤਾਂ ਨਸੀਹਤ ਕਰੀ ਦੀ ਬਿਲਕੁਲ ਸਹੀ ਜੀ ਬਿਲਕੁਲ ਐ ਦੇਖੋ ਨਾ ਸਾਡੀ ਹੁਣ ਧੀਆਂ ਭੈਣਾਂ ਘਰਾਂ 'ਚ ਸੋਹਣੀਆਂ ਲੱਗਦੀਆਂ ਬਿਲਕੁਲ ਸਹੀ ਚੱਲ ਘਰ ਓਏ ਅਰੇ ਅੱਜ ਪਿੱਛੇ ਆਈ ਆ ਐਡੀ ਸੋਹਣੀ ਮੇਰੀ ਨੂੰ ਆਈ ਆ ਸੱਚੀ ਜੀ ਚਿੱਕਾ ਮੋਰੀ ਜੋ ਸੱਚੀ ਅੱਬਾ ਜੀ ਜੀ ਤੁਹਾਡਾ ਕੰਮ ਪੂਰਾ ਹੋ ਗਿਆ ਆਇਓ ਇੱਧਰ ਹੋ ਜਾਓ ਕੁੰਡ ਕਾਜੇ ਜਾਨੂ ਜੀ ਜਲਦੀ ਕਰੋ ਨਾ ਮੇਰੇ ਕੋਲ ਇੰਤਜ਼ਾਰ ਨਹੀਂ ਹੋ ਰਿਹਾ ਮੈਂ ਬੜਾ ਘੋੜੇ ਤੇ ਬਹਿ ਕੇ ਆਉਣਾ ਹੈ ਉਹ ਮੇਰੀਆਂ ਜਾਣੀਆਂ ਵੇਖੀ ਤੇ ਫਿਰ ਮੇਰੀਆਂ ਆਣੀਆਂ ਵੇਖੀ ਓਏ ਤੂੰ ਤਾਂ ਕਹਿੰਦਾ ਮੁੱਕ ਗਈ ਯਾਰ ਉਦੋਂ ਮੈਂ ਕਰ ਰਹੀ ਸੀ ਮੈਨੂੰ ਪਤਾ ਕਿਹੜਾ ਆਕਾ ਕੀ ਹੈ ਬਾਜੀ ਨੂੰ ਤਾਂ ਤੁਸੀਂ ਬਾਹਰ ਹੀ ਛੱਡ ਆਏ ਹੋ ਓਏ ਅੱਬਾ ਜੀ ਉਹ ਤੇ ਲੜਾਕੀ ਔਰਤ ਨੂੰ ਬਾਹਰ ਛੱਡ ਆਏ ਹੋ ਆ ਚੰਦੂ ਚੰਦਾ ਮੈਂ ਹੋਰੇ ਵਧਾਈ ਉੱਪਰ ਚੜ੍ਹ
ਮਾਲਕ ਨੇ ਮੈਂ ਨਮਕ ਖਾਦਾ ਇਹਨਾਂ ਦਾ ਉਹ ਤੂੰ ਖਾਦਾ ਅੰਨੀ ਦੇ ਬੱਚਿਆਂ ਸੀ ਨਮਕ ਲੱਭੀ ਜਾਂਦੇ ਆਪਣ ਕੀ ਕਿਹੜੀ ਸੁਹਾਗ ਰਾਤ ਇਹ ਸੁਹਾਗ ਰਾਤ ਨਹੀਂ ਹੋਏਗੀ ਇਹ ਸੁਹਾਗ ਰਾਤ ਇੱਥੇ ਹੀ ਹੋਏਗੀ ਤੇ ਜ਼ਰੂਰ ਹੋਏਗੀ ਨਹੀਂ ਹੋਏਗੀ ਉਹ ਤੈਨੂੰ ਬਾਹੂਬਲੀ ਕਹਿ ਰਿਹਾ ਇਧਰ ਆ ਬਾਹੂਬਲੀ ਇੱਥੇ ਆ ਬਾਹੂਬਲੀ ਨੇ ਕਦੀ ਆਪਣੀ ਪਿੰਨੀ ਵੇਖੀ ਹੈ ਬਾਹੂਬਲੀ ਦੇ ਘੋੜੇ ਦੀ ਲੇਦਰ ਨਹੀਂ ਓਏ ਮਰ ਪਰਾ ਨਾਲੇ ਤੂੰ ਬਾਹੂਬਲੀ ਨਹੀਂ ਫੇਰ ਤੂੰ ਕਟੱਪਾ ਦਾ ਮੁੰਡਾ ਕਾਲੀ ਮਾਤਾ ਚੋ ਚੱਲ ਚੱਲ ਅਜਰ ਆ ਜੀ ਬੈਠ ਆ ਤੂੰ ਵਾਪਸ ਚੰਦਾ ਆ ਜਾ ਸਿਆਸੀ ਕੀਜੇ ਤੁਸੀਂ ਅੱਛਾ ਕੀ ਤੂੰ ਜਾਣਾ ਏ ਬਾਬਾ ਥਰਤੀ ਨਾ ਹੋਵੇ ਤੇ ਕੀ ਹੋਇਆ ਆਏ ਹੋਏ ਪਹਿਣਾ ਨਾਲ ਆਣ ਬੜੀ ਮੁਸ਼ਕਲ ਨਾਲ ਸ਼ਗਨਾ ਦੀ ਰਾਤ ਆਈ ਏ ਹਾਂ ਹਾਂ ਬੱਬਰ ਸਿਆ ਮੇਰੀ ਗੱਲ ਸੁਣ ਬਾਬਾ ਐਨੇ ਦਾ ਕੀ ਕਰਨੀ ਓ ਕੁੜੀਓ ਤੁਸੀਂ ਅੰਦਰ ਜਾਓ ਮੇਰੇ ਕਮਰੇ 'ਚ ਹੈ ਜਗ੍ਹਾ ਉੱਥੇ ਹੈ ਨਾ ਸਮਾਂ ਹੋ ਗਿਆ ਲੇਡੀਜ਼ ਦਾ ਇੰਤਜ਼ਾਮ ਉੱਧਰ ਹੈ ਇੱਧਰ ਆ ਕੇ ਆਓ ਤੇ ਬੈਠੋ ਜੀ ਜਾਨੂ ਜੀ ਤੁਹਾਡੇ ਅੱਬਾ ਜੀ ਵੀ ਬੜੇ ਬੇਸ਼ਰਮ ਲੱਗਦੇ ਨੇ ਮੈਨੂੰ ਸ਼ਰਮ ਨਹੀਂ ਹੈਗੇ ਨਹੀਂ ਇਹਦੇ ਵੈਸਾ ਹੀ ਚੋਲਾ ਮੋਲਾ ਕਰਦਾ ਹੈ ਅੱਬਾ ਮੇਰਾ ਅਜੇ ਮੇਰੀ ਗੱਲ ਸੁਣੋ ਜੀ ਇਹਨੇ ਬੜੀ ਮਾਸੂਮ ਹੈ ਤੇ ਇਹਨੇ ਕੋਈ ਤਕਲੀਫ ਨਾ ਹੋਏ ਹਾਂ ਠੀਕ ਹੈ ਨਹੀਂ ਤੁਸੀਂ ਮੇਰੀ ਗੱਲ ਨਹੀਂ ਸਮਝੇ ਹਾਂ ਇਹ ਬੜੀ ਮਾਸੂਮ ਹੈ ਅੱਛਾ ਤੇ ਇਹਨੇ ਕੋਈ ਤਕਲੀਫ ਨਾ ਹੋਏ ਹੁੰਦਾ ਚੰਦਾ ਨਾ ਹੋਵੇ ਸਵੇਰੇ ਉਹੀ ਕਹਿੰਦੀ ਹੋਵੇ ਲਾੜਾ ਫੇਲ ਹੋ ਗਿਆ ਲਾੜਾ ਫੇਲ ਹੋ ਗਿਆ दो बरपट्टियां बनाया करके ਅੰਮੀ
आई है किसे रूप दे विच ओए बच के नहीं ओदा उधर भैन लड़ी जाए तो तू लड़या जे ते सवेरे तक दोनों दा नाश्ता कौन लेके आएगा छात्र जानू जी जानू तुसी मेनू तैयार करके बारी बारी अंदर क्यों आ जांदे हो की वजह है तैयार करके तू मेरा की चिंची रखा है ओनु बाजी दे अंदर उठा जल्दी आओ ना जा मेरे शेर ओए बाजी निकले जे जा मेरे शेरा अंदर कुत्ता होया पया है शेर अब्बा जी कुछ तुसी समझा दियो ओए समझा तेरी बाजी अंदर ए भी अंदर है कोई नहीं अब मैं एक्स्ट्रा पैसे नहीं देने ए तू आप एक ना एक सूल दे रहे है जाओ मेरा पुत्र जाओ चलो जा मैं बुला लेना उन्होंने बाहर अब भाई हाँ जी पता की है अंदर जमला जाना तो घाटे ना ठीक है सर पर दस मिनट की करनी पैनी है आई नो इतने सो गए कालू कल मेरा पुत्र सॉरी मैं न्यूजीलैंड वापस जा इतनी दूर जाओगे कूड़ा लेने के लिए इधर भी मिल जाएगा बाजी ने पासा लिया मेरे नहीं थले डिग पई है तू जो समझना उतने तक मैं पहुंचेगी अभी ओ किथे फेरा गया अंदर बाहर कर चंदू ओए तू एज कर रही है तेरी बीवी है पुत्र नहीं मेहमान ते है ना ओए तू की कर रहे मैं एडजस्टमेंट बना रहे अभी बाहर सा रहे हैं इधर जा इधर बचा एनिया भाई जा एनिया मनिया कदे जा रहे हैं कदे नहीं मनिया है पुत्र एक दी टूट भी जल्दी हालात है बेटा रात की धोए पहने चंदा चंदा हाय 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 ए फुक तो मेरी जान निकली जा रही है अच्छा सानू खा ले फिर ए मेरी गल सुन ये तो मेरी इज्जत ना कीती ना ते हाले कुछ भी नहीं निकलिया मेरे पैर दा ओ तेरी इज्जत ही कर रहे हैं पांच लम्मी सो जा चल पुत्र ए जा रहा अब लाल पुत्र पता टाइम की टाइम ज्यादा हो गया आहो चंदा ਤੇ ਚਲੋ ਜਾਦਾ ਸੋ ਜਾ ਅਗਰ ਜਗਾ ਤੰਗ ਤੇ ਅਸੀਂ ਦੋ ਔਰਤਾਂ ਇੱਥੇ ਸੋ ਜਾਣੀ ਹੈ
ਕਿਵੇਂ? ਮੈਂ ਨੱਚਣ ਵਾਲੀਆਂ ਬੁਲਾਈਆਂ ਚੱਲੇ ਆਟੋ। ਅੱਛਾ Thank you.
ਕਰਨ ਵਾਲੀ ਹੈ। ਜਨਾਬ ਮੇਰੀ ਗੱਲ ਸੁਣ ਲਓ, ਅਸੀਂ ਕਤਲ ਨਹੀਂ ਕੀਤਾ ਚੁਦਰਾਨੀ।
ਅੱਛਾ ਹਾਂ ਜੀ ਇਹਨਾਂ ਨੇ ਪਰਚਾ ਕਰਾਇਆ ਤੁਹਾਡੇ ਤੇ ਫਿਰ ਜੋ ਜ਼ੁਲਮ ਕਰਨੀ ਸਾਡੇ ਤੇ ਕਰ ਲੈ ਲੰਮਾ ਪੈ ਲੰਮਾ ਪੈ ਕੱਲਾ ਕੱਲਾ ਮੈਨੂੰ
ਸਾਨੂੰ ਐਵੇਂ ਜ਼ਲੀਲ ਕਰਾ ਰਹੇ ਹੋ? ਮਸਾਂ ਮੈਂ ਮੌਕਾ ਮਹਿਲ ਤੇ ਪਹੁੰਚਿਆ ਸਾਂ। ਮੇਰੇ ਭਾਵੇਂ ਮਾਰ ਮਾਰ ਕੇ ਜਿਸਮ ਦੇ ਟੋਟੇ ਕਰਦੇ ਸਾਹਿਬ, ਹਾਂਜੀ, ਪਰ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੇ ਬੁੱਢੇ ਪਿਓ ਨੂੰ ਪਿੱਛ ਲੱਗੇ। ਬਸ ਓਏ ਬਜ਼ੁਰਗਾਂ ਨੂੰ ਤੇ ਮਾਰ ਲਈ, ਮੇਰੇ ਭਾਵੇਂ ਟੋਟੇ ਕਰਦੇ, ਹਾਂ ਬੁੱਢੀ ਖੁਸਰੀ ਵੀ ਪੁੱਛ ਲੱਗੇ। ਬਸ ਮੈਂ ਬਸ ਓਏ ਹੌਸਲੇ ਹੋਏ, ਇੱਥੇ ਤਰੀਕ ਬਦਲ ਜਾਣੀ ਆ। ਕਿਵੇਂ? ਆ ਖੁਸਰੇ ਦਾ ਜੋ ਪੁਲਿਸ ਕਤਲ ਹੋਣੀ ਆ, ਮੇਰੀ ਬਾਜੀ ਨੂੰ ਤਾਂ ਮਾਰ ਲਿਆ, ਮੈਂ ਤੁਹਾਨੂੰ ਪਿਓ ਦਾ ਫੇਰ ਮੰਨਾ ਜੇ ਇਹਨੂੰ ਮਾਰ ਕੇ ਬੁਲਾ। ਅੱਛਾ ਜੀ ਮੈਂ ਦੱਸਦਾ ਅਸਲ ਕੀ ਹੋਇਆ। ਕੀ ਹੋਇਆ? ਇੱਧਰ ਓਏ ਪੁਲਿਸ ਆ ਗਈ। ਓਏ ਜਾਏ ਲਿਆ ਬੱਚਿਆ ਤੇ ਅਸੀਂ ਵਾਜਿਆ ਲੈ ਹੈ ਬਾਬਾ। ਆਜਾ ਸਾਡੀ ਬੰਦੇ ਨੋਮੀਨੇਟ ਕਰੋ। ਮੇਰੀ ਗੱਲ ਸੁਣੋ ਇੱਧਰ ਆਓ ਸਰ। ਆਪਣਾ ਗੱਲ ਸੁਣ। ਇਹਦਾ ਕਸੂਰ ਹੈ। ਓਏ ਮੈਨੂੰ ਭਾਵੇਂ ਮਾਰ ਮਾਰ ਕੇ ਮੇਰੇ ਟੋਟੇ ਕਰ ਦਿਓ, ਪਰ ਮੇਰੇ ਸਾਹਿਬ ਨੂੰ ਕੁਛ ਨਾ ਕਹਿਣਾ ਹੈ। ਚਵਲ ਆਦਮੀ ਚਵਲ, ਮੈਂ ਕੈਸੇ ਜੋ ਪਛਾਣ ਲੈ ਜੇ ਬੰਦੇ ਬੰਦੇ ਪਛਾਣ ਲੈ ਨਾ, ਗੱਡੀ ਚ ਲੰਮਿਆ ਬਹੁਤ ਸਾਰਿਆਂ ਨੂੰ ਸੁਧਾਰੀ ਤੋਂ ਤਰਸਕਾ, ਬੰਦੇ ਫੜਵਾ ਵਿੱਚ ਖੁਸਰੇ ਵੀ ਫੜਵਾਈ ਜਾਂਦੀ ਹੈ। ਐਸ ਖੁਸ਼ੀ ਦੇ ਜਿਹੜਾ ਜਿਹੜਾ ਸ਼ਾਮਲ ਹੈ ਸਾਰੇ ਉਹ ਛਿੱਤਰ ਪੈਣੇ ਨੇ। ਓਏ ਮਸਕੀਨ ਖੁਸਰਾ ਚੁਧਰਾਣੀ, ਮੈਨੂੰ ਛੁਡਾ ਦੇ, ਤੇਰੀ ਮਿਹਰਬਾਨੀ ਮੈਨੂੰ ਛੁਡਾ ਦੇ। ਪਾਕਿਸਤਾਨੀ ਪੁਲਿਸ ਉਹ 5,000 ਦਾ ਪੈਟਰੋਲ ਖਰਚ ਕਰਕੇ ਬੰਦਾ ਫੜਦੇ ਆ, 100 ਲੈ ਕੇ ਛੱਡ ਦਿੰਦੇ ਆ। ਤੈਨੂੰ ਦਿੱਤੀ ਹੈ, ਸਾਨੂੰ ਤਾਂ ਨਹੀਂ ਦਿੱਤੀ ਨਾ। ਆਪਣਾ ਮੋਤਰ ਜਨਾਬ ਸੀਮਟ ਦੇ ਗੱਟੂ ਸਾਹਿਬ। ਅੱਛਾ ਤੁਸੀਂ ਖਲੋਤੇ ਲਾ ਤੇ ਮੈਨੂੰ ਗੱਡੀ ਦੇ ਪਿੱਛੇ ਨਹੀਂ ਪਿਆ ਹੁੰਦਾ, ਤੁਹਾਡੀ ਬਰਜਾਇਆ ਅਸੀਂ ਭੈਣ ਦਿੱਤੀ ਇਹਨੂੰ ਗੱਡੀ ਚ ਬਾਹਰ ਥਾਣੇ ਦੇ ਵਿੱਚ ਹਵਾਲਾ ਤੇ ਚੱਲਦੇ ਮੇਰੇ ਕਮਰੇ ਚ ਬਾਹਰ ਆਪਣਾ ਬਜ਼ੁਰਗ। ਹਾਂਜੀ ਥਾਣੇ ਜਾਣਾ? ਥਾਣੇ ਤੇ ਹਰ ਵਾਰੀ ਜਾਂਦੇ, ਅੱਜ ਤੁਹਾਡੇ ਹੱਲ ਚੱਲੀਏ। ਕਦੀ ਤੁਸੀਂ ਪਿੰਡਾਂ ਦੇ ਵਿੱਚ ਗਏ ਹੋ? ਮੈਂ ਪੁੱਤਰ ਪਿੰਡ ਦਾ ਰਹਿਣ ਵਾਲਾ, ਉੱਥੇ ਬੱਕਰੀਆਂ ਦੇ ਨਿਕਲ ਕੇ ਮੇਮੇ ਹੁੰਦੇ, ਅਸੀਂ ਬੋੜੇ ਰੱਖੇ। ਉਹ ਮੇਮੇ ਦੀ ਨਿੱਕੀ ਜੀ ਪੂਛ ਹੁੰਦੀ ਹੈ, ਉਸ ਪੂਛ ਕਰਕੇ ਤੁਹਾਡਾ ਮੂੰਹ ਨਹੀਂ ਚਾਹ ਪੀਣਾ ਕੇ ਲੱਗ। ਉਹ 2 ਕੱਪ ਤੇ ਨਿੱਕੀ ਜੀ ਚੈਨ
ਜਿੱਥੋਂ ਚੈਨਕ ਫੜੀ ਦੀ ਤੇ ਅੱਗੋਂ ਜਿੱਥੋਂ ਚਾਹ ਨਿਕਲਦੀ ਹੈ ਜਿੱਥੋਂ ਚਾਹ ਨਿਕਲਦੀ ਹੈ ਉਹਦੇ ਵਰਗਾ ਤੁਹਾਡਾ ਮੂੰਹ ਨਹੀਂ ਨਹੀਂ ਫੇਰ ਕਿਤੇ ਵਰਗਾ ਉਹ ਜਿਹੜੀ ਅੱਗੇ ਕਾਗਜ਼ ਹੀ ਬਣਾ ਕੇ ਚੁੰਝ ਨਹੀਂ ਦਿੰਦੇ ਉਹਦੇ ਅੱਗੇ ਆ ਕੇ ਸਾਹਿਬ ਇਹਦੇ ਨਾਲ ਮੈਂ ਗੱਲ ਕਰਨੀ ਹੈ ਇਹ ਰਹੇਗਾ ਇੱਥੇ ਇਹ 10 ਮਿੰਟ ਛੱਡ ਦਿਓ ਚਲੋ 5 ਮਿੰਟ ਮੈਂ ਤੁਹਾਨੂੰ ਦੇ ਰਿਹਾ ਹਾਂ 5 ਮਿੰਟ ਮੈਂ ਤੁਹਾਨੂੰ ਦੇ ਰਿਹਾ ਜੀ ਬਾਅਦ ਵਿੱਚ ਤੁਸੀਂ ਮੈਨੂੰ 20 ਮਿੰਟ ਦੇਣੇ ਓਏ ਕਦੀ ਤੁਸੀਂ ਮੋਚੀ ਦੀ ਦੁਕਾਨ ਤੇ ਗਏ ਹੋ ਨਾ ਬਣੀ ਨਾ ਕਵੀ ਬਣਾ ਦੇਗਾ ਮੋਹ ਜਾ ਨਹੀਂ ਮੈਂ ਨਹੀਂ ਕਦੀ ਗਿਆ ਵੈਸੇ ਸੱਚੀ ਦੱਸਾਂ ਹਾਂ ਇੱਕ ਵਾਰ ਗਿਆ ਉਹ ਜਿਹੜਾ ਉਹਨੇ ਅੱਗੇ ਲੋਹੇ ਦਾ ਰੱਖਿਆ ਹੁੰਦਾ ਮੋਚੀ ਨੇ ਉਹ ਜਿਹਦੇ ਉੱਤੇ ਬੂਟ ਚੜਾ ਕੇ ਉਹ ਕਿੱਲ ਲਾਉਂਦਾ ਉਹਦੇ ਵਰਗਾ ਤੁਹਾਡਾ ਮੂੰਹ ਨਹੀਂ ਫੇਰ ਕਿਤੇ ਵਰਗਾ ਉਹ ਜਿਹੜੀ ਬੂਟ ਦੇ ਵਿੱਚ ਦੇ ਕੇ ਸੂਤਰ ਪਾ ਕੇ ਐ ਨਹੀਂ ਖੇਡਦਾ ਜੀ ਜਜ਼ਬਾਤਾਂ ਮੇਰੀ ਖੁਸ਼ੀਆਂ ਦਾ ਤੂੰ ਕਿਤੇ ਕਤਲ ਮੇਰੇ ਪਿਆਰ ਦਾ ਮੈਂ ਸਮਝਿਆ ਨਹੀਂ ਚੁਤਰਾਣੀ ਜੀ ਮੈਂ ਭੁੱਲ ਗਿਆ ਤੇ ਛੋਟੇ ਹੁੰਦੇ ਅਸੀਂ ਇਕੱਠੇ ਖੇਡਦੇ ਸਾਂ ਇਕੱਠੇ ਪਿੰਗਾ ਜੁੜਨੇ ਸਾਂ ਤੇ ਉਹ ਦਿਨ ਭੁੱਲ ਗਿਆ ਮੈਂ ਤਾਂ ਛੋਟੀ ਹੁੰਦੀ ਤਾਂ ਤੈਨੂੰ ਪਿਆਰ ਕਰਨੀ ਆ ਚੁਤਰਾਣੀ ਜੀ ਮੈਂ ਤਾਂ ਕਦੀ ਸੋਚਿਆ ਵੀ ਨਹੀਂ ਤੁਸੀਂ ਪਿੰਡ ਦੇ ਚੌਧਰੀ ਹੋ ਅਸੀਂ ਤੁਹਾਡੇ ਕੰਮੀ ਆ ਤੁਸੀਂ ਆਸਮਾਨ ਹੋ ਅਸੀਂ ਜ਼ਮੀਨ ਆ ਤੁਸੀਂ ਪੈਰ ਹੋ ਅਸੀਂ ਜੁੱਤੀ ਆ ਤੁਹਾਡਾ ਸਾਡਾ ਕਿਵੇਂ ਮਿਲਾਪ ਹੋ ਸਕਦਾ ਚੁਤਰਾਣੀ ਜੀ ਪਿਆਰ ਕੁਛ ਨਹੀਂ ਵੇਖਦਾ ਵੇ ਪਿਆਰ ਉਹ ਜਿਹਨੇ ਨਹੀਂ ਵੇਖਦਾ ਪਿਆਰ ਜ਼ਿਆਦਾ ਨਹੀਂ ਵੇਖਦਾ ਉਹ ਤੇ ਉਦੋਂ ਆ ਕੇ ਦੱਸਣ ਦੀ ਜਦੋਂ ਮੈਨੂੰ ਸਹੂਲਤ ਮਿਲ ਗਈ ਪਹਿਲੇ ਦੱਸਦਾ ਆ ਕੇ ਜਦੋਂ ਮੈਂ ਰਾਤ ਨੂੰ ਤਾਰੇ ਦੇਣਾ ਹੁੰਦਾ ਤੇ ਤੂੰ ਤੈਨੂੰ ਨਹੀਂ ਪਤਾ ਭਾਈ ਜੀ ਮੇਰੇ ਤੇ ਕਦੇ ਧਿਆਨ ਵੀ ਨਹੀਂ ਆਇਆ ਜੇ ਚ ਵੀ ਨਹੀਂ ਆਇਆ ਕਿ ਬਸ ਹੁਣ ਕੁਝ ਨਹੀਂ ਆਏਗਾ ਹੁਣ ਤੂੰ ਜੇ ਮੇਰਾ ਨਹੀਂ ਤੇ ਕਿਸੇ ਦਾ ਵੀ ਨਹੀਂ ਹੋ ਸਕਦਾ ਮੈਂ ਤੇਰੇ ਬਗੈਰ ਨਹੀਂ ਰਹਿ ਸਕਦਾ ਇੱਕ ਮੈਂ ਹੋਵਾਂ ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਇੱਕ ਤੂੰ ਹੋਵੇਂ ਰੱਬ ਕਰ ਕਦੇ ਦਿਲ ਨਾ ਚੜੇ ਇੱਕ ਮੈਂ ਹੋਵਾਂ ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਵਾਕਿਆ ਸੱਚਾ ਪਿਆਰ ਕਰਦੀ
ਸੱਚਾ ਪਿਆਰ ਕਹਿੰਦੇ ਮੈਂ ਤੇ ਬਗੈਰ ਨਹੀਂ ਕਹਿੰਦੀ ਭੈੜੀਏ ਅੱਜ ਦੱਸੀ ਬਿਲਕੁਲ ਠੀਕ ਹੈ ਜੇ ਤੈਨੂੰ ਸੱਚਾ ਪਿਆਰ ਕਰਦੀ ਹੈ ਤੇ ਤੇਰਾ ਵਿਆਹ ਚੁਦਰਾਣੀ ਨਾਲ ਹੋਏਗਾ ਉਸ ਕੁੜੀ ਨੂੰ ਤਲਾਕ ਦੇਗਾ ਬਾਏ ਕੀ ਕਹਿ ਰਹੀ ਯਾਰ ਉਹ ਮੇਰੀ ਬੀਵੀ ਹੈ ਨਹੀਂ ਮੈਂ ਇਸ ਕਾਰਜ ਮਾਹੌਲ ਵੇਖਣਾ ਚਾਹੁੰਦਾ ਜੋ ਚੁਦਰਾਣੀ ਦਾ ਹੈ ਇੱਕ ਮੈਂ ਹੋ ਬਸ ਮੇਰੀ ਗੱਲ ਸੁਣੋ ਮੈਂ ਤੁਹਾਡੇ ਨਾਲ 50 ਮੁਰੱਬੇ ਲਾਵਾਂਗੀ ਮੈਂ ਤੁਹਾਡੇ ਕੋਲ ਸਭ ਕੁਝ ਤਾਂ ਦੇਵਾਂਗੀ ਬਸ ਸਾਡੇ ਚੁਦਰਾਣੀ ਜੇ ਤੂੰ ਜ਼ੁਬਾਨ ਕਰ ਦਿੱਤੀ ਹੈ 50 ਮੁਰੱਬੇ ਦੇਂਗੀ ਤੇ ਮੇਰੇ ਮੁੰਡੇ ਦਾ ਵਿਆਹ ਤੇਰੇ ਨਾਲ ਹੋਏਗਾ ਮੈਂ ਕੱਲ ਜੱਜ ਲੈ ਕੇ ਆਵਾਂਗਾ ਜੇ ਇਹ ਨਾ ਆਇਆ ਮੈਂ ਆਵਾਂਗਾ ਅੱਬਾ ਕੀ ਹੋ ਗਿਆ ਤੇਰੀ ਤੇਰੇ ਪਿਓ ਨੇ ਜ਼ੁਬਾਨ ਦਿੱਤੀ ਹੈ ਜਾ ਤੂੰ ਜਾ ਕੇ ਆਪਣੇ ਆਈਟਮ ਸਾਉਣ ਦੀਆਂ ਤਿਆਰੀਆਂ ਕਰ ਅਸੀਂ ਜੱਜ ਲੈ ਕੇ ਆ ਰਹੇ ਹਾਂ ਮੇਰੀ ਗੱਲ ਸੁਣੋ ਸੋਨਾ ਜੀ ਹਾਂਜੀ ਇਹਨੂੰ ਸਮਝਾ ਦਿਓ ਕਿ ਅਗਰ ਮੇਰਾ ਨਹੀਂ ਹੈ ਤਾਂ ਮੈਂ ਕਿਸੇ ਦਾ ਹੋਰ ਨਹੀਂ ਦੇਣਾ ਤੇ ਤੂੰ ਤਿਆਰ ਹੈ ਹਾਂਜੀ ਮੈਂ ਮਾਲ ਵੀ ਲੈ ਕੇ ਆ ਰਹੀ ਹਾਂ ਹਾਂਜੀ ਦਵਾਈ ਖਾ ਲੈ ਦਵਾਈ ਖਾ ਲੈ ਬਸ ਠੀਕ ਹੈ ਰਿਸ਼ਰਾਨੀ ਬਾਕੀ ਓਏ ਬਾਹਰ ਨਿਕਲ ਨਹੀਂ ਮੋਟੋ ਬਾਹਰ ਨਿਕਲ ਇਹ ਕੀ ਗੱਲ ਹੈ ਇਹ ਚੁੱਪ ਕਰ ਆਪਣੀ ਛੋਟੀ ਭੈਣ ਤਾਂ ਨਿਕਲੇ ਤੂੰ ਹਾਂ ਮੈਂ ਆਪਣੇ ਮੁੰਡੇ ਦਾ ਦੂਸਰਾ ਵਿਆਹ ਕਰਨ ਲੱਗਾ ਕੀ ਕਹਿ ਰਹੀ ਹੈ ਤੂੰ ਤੇਰੀ ਭੈਣ ਨੂੰ ਤਲਾਕ ਪੜ ਗਈ ਅੱਜ ਹੀ ਹੋਏਗੀ ਅੱਬਾ ਯਾਰ ਕੀ ਹੋ ਗਿਆ ਤੈਨੂੰ ਓਏ ਮੈਂ ਸਹੀ ਕਹਿ ਰਿਹਾ ਸ਼ਰਵਾਚ ਹਵਾ ਭਰ ਕੇ ਨਾਂ ਨਾਲੀਏ ਇਹ ਮੇਰਾ ਆਖਰੀ ਫੈਸਲਾ ਹੈ ਮੈਂ ਜ਼ਾਲਮਾ ਇਹ ਕੀ ਕਹਿ ਰਹੀ ਹੈ ਤੂੰ ਮੇਰੀ ਭੈਣ ਦਾ ਘਰ ਬਸਣ ਤੋਂ ਪਹਿਲੇ ਨਾ ਹੋ ਜਾ ਮੈਂ ਤੇਰੇ ਅੱਗੇ ਹੱਥ ਜੋੜਨੀ ਆ ਮੈਂ ਤੇਰੇ ਪੈਰ ਫੜਨੀ ਆ ਤੂੰ ਜੋ ਮਰਜ਼ੀ ਕਰ ਲੈ ਬੱਚਿਆਂ 'ਚ ਬਹਿ ਕੇ ਐਂ ਕਰਨ ਨਾਲੀਏ ਤੇ ਮੁੜ ਕੇ ਮੈਂ ਉੱਥੇ ਹੀ ਨੌਕਰੀ ਇਖਤਿਆਰ ਕਰ ਲਈ
यार तू किवें खुसरा बनया तू किवें खुसरा होया मैं की दसा की होया ओ मैं खोता रेड़ी ते बर्फ ढोना हुंदा सा अच्छा ओ एक दिन ब्लाक दे उत्ते बैठा मैं जा रहा अच्छा ओ मैनू पता ही नहीं लगा केड़े वेले ठंड चढ़ गई है भाई खुसरिया मारत पई है थाने दे पैर किथे ने हेलो इंतजाम कर चक्कर हो लवाना चलो जी अगर लेट हो जावा तो तुम 8 बजे फोर्ट्रेस कुत्तियां की दौड़ है तो मैं तेरा नाम लिखा है अपनी बीबी नूं कहिंदा मैनूं बोल ही पिया मैं तेनूं माफ नहीं करा नहीं माफ कर तू मैनूं बहुत मारे मैं तेनूं अपना दुध नहीं बख्शांगी खुसरे बनते असूल ने मंशूर दस एक सार लुकड़ा पैंदा है दूसरा कुवत इरादी मजबूत रखनी लगरों खतरा तू वाकई खुसरा बनना है तू ना बन खुसरा क्या अगर तू खुसरा बन भी गया ना तेन फिर भी नाल को मेहनत मजदूरी करनी पैनी चल अगे लग अगे लग गया अगे लग चल अगे लग साहब जी अगे लग हां जी ए अबू नु इंग्लिश च की कहंदे डैडी क्या बात है बेटा ना फौ जा ड्रावे ओए ए गन से पुत्र तू वाकई पढ़िया लिखिया लम्मी गल चलो रह चल मेरा पुत्र तू थाने जाना तू पुत्र घर नहीं जाना।